ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਤੁਹਾਡੇ ਆਪਣੇ ਸ਼ੋਅ ਕਿੰਜਵਾ ਪ੍ਰਦੇਸ਼ ਦੇ ਵਿੱਚ ਤੇ ਮੈਂ ਪ੍ਰੀਤ ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਲਈ ਲਾਈਵ ਸ਼ੋਅ ਸੋ ਇਸ ਮੌਕੇ ਜਿਹੜਾ ਤੁਸੀਂ ਸ਼ੋਅ ਦੇਖ ਰਹੇ ਹੋ ਲਾਈਵ ਤੁਹਾਡੀ ਟੀਵੀ ਸਕਰੀਨ ਤੇ ਚੱਲ ਰਿਹਾ ਤੁਹਾਡੇ ਕੋਲ ਮੌਕਾ ਹੈਗਾ ਇਸ ਸ਼ੋਅ ਦੇ ਵਿੱਚ ਆਪਣੇ ਸਵਾਲ ਆਪਣੇ ਮੂੰਹੋਂ ਰੱਖਣ ਦਾ ਕਿੰਜਵਾ ਪ੍ਰਦੇਸ਼ ਦੇ ਵਿੱਚ ਅਸੀਂ ਹਮੇਸ਼ਾ ਗੱਲ ਕਰੀਦੀ ਹੈ ਪ੍ਰਦੇਸ਼ ਜਾਣ ਦੇ ਜਿਹੜੇ ਚਾਹਵਨ ਸਾਡੇ ਸਟੂਡੈਂਟਸ ਹੈਗੇ ਨੇ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਚਾਹੁੰਦੇ ਨੇ ਉਹਨਾਂ ਦਾ ਫਿਊਚਰ ਸੈੱਟ ਕਰਨਾ ਚਾਹੁੰਦੇ ਨੇ ਪਰ ਇਹ ਸਾਰਾ ਕੁਝ ਹੋਏਗਾ ਕਿਸ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਅਸੀਂ ਬਾਹਰ ਜਾਵਾਂਗੇ ਕਿਸ ਤਰੀਕੇ ਦੇ ਨਾਲ ਅਸੀਂ ਆਪਣਾ ਏਜੰਟ ਆਪਣਾ ਕੰਸਲਟੈਂਟ ਚੂਜ਼ ਕਰਾਂਗੇ ਹਰ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਹਾਨੂੰ ਇਸ ਸ਼ੋਅ ਦੇ ਵਿੱਚ ਮਿਲਦਾ ਤੇ ਤੁਹਾਡੇ ਹਮੇਸ਼ਾ ਹੋਸਟ ਵਜੋਂ ਮੈਂ ਤਾਂ ਆਪਣੇ ਸਵਾਲ ਪੁੱਛਦੀ ਹਾਂ ਪਰ ਸਾਡਾ ਇਹ ਮੰਚ ਤੁਹਾਨੂੰ ਮੌਕਾ ਦਿੰਦਾ ਜੋ ਤੁਹਾਡੇ ਮਨ ਦੇ ਵਿੱਚ ਸਵਾਲ ਨੇ ਤੁਸੀਂ ਆ ਜਿਹੜੇ ਨੰਬਰ ਨੀਚੇ ਫਲੈਸ਼ ਹੋ ਰਹੇ ਨੇ ਇਹਨਾਂ ਤੇ ਕਾਲ ਕਰੋ ਤੇ ਆਪਣਾ ਸਵਾਲ ਹੁਣੇ ਲਾਈਵ ਐਕਸਪਰਟ ਕੋਲੋਂ ਪੁੱਛ ਸਕਦੇ ਹੋ ਸੋ ਕਾਲਸ ਆਣੀਆਂ ਵੀ ਸ਼ੁਰੂ ਹੋ ਗਏ ਨੇ ਪਰ ਉਸ ਤੋਂ ਪਹਿਲਾਂ ਮੈਂ ਐਕਸਪਰਟ ਦੇ ਨਾਲ ਮਿਲਾ ਦਿੰਦੀ ਹਾਂ ਜੀ ਨੇਵੀਗੇਟਰ ਤੋਂ ਮੈਡਮ ਵੀਨਾ ਗੋਇਲ ਜੀ ਜਿਨ੍ਹਾਂ ਨੂੰ 25 ਸਾਲ ਤੋਂ ਵੀ ਵੱਧ ਐਕਸਪੀਰੀਅੰਸ ਆ ਸਵਾਗਤ ਕਰ ਲੈਂਦੇ ਹਾਂ ਹੈਲੋ ਮੈਮ ਵੈਲਕਮ ਟੂ ਦੀ ਸ਼ੋਅ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਔਰ ਥੈਂਕ ਯੂ ਤੁਹਾਡੇ ਚੈਨਲ ਦਾ ਵੀ ਕਿ ਜਿਹੜਾ ਤੁਸੀਂ ਇਸ ਰਾਹੀਂ ਮੌਕਾ ਦਿੰਦੇ ਹੋ ਸਟੂਡੈਂਟਸ ਨਾਲ ਇਨਫੋਰਮੇਸ਼ਨ ਸ਼ੇਅਰ ਕਰਨ ਦਾ ਥੈਂਕ ਯੂ ਸੋ ਮਚ ਜੀ ਮੈਮ ਕਾਲਸ ਵੀ ਆਣੀਆਂ ਸ਼ੁਰੂ ਹੋ ਗਈਆਂ ਨੇ ਆਪਾਂ ਪਹਿਲਾਂ ਕਾਲ ਤੋਂ ਹੀ ਆ ਸ਼ੁਰੂਆਤ ਕਰਦੇ ਹਾਂ ਉਸ ਤੋਂ ਬਾਅਦ ਮੈਂ ਆਪਣੇ ਸਵਾਲ ਲੈਣੀ ਆ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਹੋ ਹਾਂਜੀ ਦੱਸੋ ਸਤਪੀਰ ਜੀ ਕੀ ਸਵਾਲ ਹੈ ਯੂਕੇ ਦਾ ਵੀਜ਼ਾ ਪਲੱਸ ਟੂ ਕਿਹੜੇ ਈਅਰ ਚ ਕੀਤੀ ਹੈ ਤੁਸੀਂ ਸੁਖਵੀਰ ਜੀ ਹਾਂਜੀ 2021 ਦੇ ਵਿੱਚ ਕੀਤੀ ਹੈ ਚਲੋ ਹੁਣ ਇਹਨਾਂ ਦਾ ਕੀ ਦੇਖਣਾ ਪਏਗਾ ਕਿਹੜੇ ਬੋਰਡ ਤੋਂ ਕੀਤੀ ਹੈ ਕਿੰਨੀ ਪਰਸੈਂਟੇਜ ਹੈ ਕਿਉਂਕਿ 60% 65% ਤੋਂ ਘੱਟ ਥੋੜਾ ਜਿਹਾ ਸਾਨੂੰ ਮੁਸ਼ਕਲ ਹੁੰਦਾ ਹੈ ਬਾਕੀ ਫਿਰ ਫਾਊਂਡੇਸ਼ਨ ਕੋਰਸ ਲੱਗਣ ਸਾਡੇ 5 ਈਚ ਹੈ ਇਹ ਐਲੀਜੀਬਲ ਹੈ ਬਸ ਇਹਨਾਂ ਦੀ ਪਰਸੈਂਟੇਜ ਦੇਖਣੀ ਪਏਗੀ ਫਾਊਂਡੇਸ਼ਨ ਲੱਗੇਗਾ ਜਾਂ ਡਾਇਰੈਕਟ ਐਲੀਜੀਬਲ ਹੈ ਬਾਕੀ ਇਹ ਕਿਉਂਕਿ ਯੂਕੇ ਦੀ ਜਿਹੜੀ ਰਿਕੁਆਇਰਮੈਂਟ ਹੈ 5.5 ਈਚ ਦੀ ਰਿਕੁਆਇਰਮੈਂਟ ਹੈ ਉਸ ਤੋਂ ਘੱਟ ਨਹੀਂ ਹੋਣਾ ਚਾਹੀਦਾ ਓਕੇ ਓਕੇ ਅੱਛਾ ਮੈਮ ਜਿਵੇਂ ਕਿ ਹੁਣ ਆਪਾਂ ਗੱਲ ਕਰਦੇ ਹਾਂ ਇਸ ਟਾਈਮ ਜਿਹੜੀ ਡਾਵਾਡੋ ਸਥਿਤੀ ਚੱਲ ਰਹੀ ਹੈ ਰਿਜ਼ਲਟਸ ਲੇਟ ਹੋ ਗਏ ਨੇ ਬੱਚੇ ਵੀ ਕਨਫਿਊਜ਼ ਹੈਗੇ ਨੇ ਐਗਜ਼ਾਮ ਲੇਟ ਹੋਣੇ ਨੇ ਕਿ ਹੁਣ ਸਾਡੇ ਲਈ ਕਿਹੜੀ ਕੰਟਰੀ ਰਹੇਗੀ ਸਾਡੇ ਲਈ ਕਿਹੜਾ ਇਨਟੇਕ ਰਹੇਗਾ ਇਸ ਟਾਈਮ ਓਵਰਆਲ ਜੇਕਰ ਮੈਂ ਤੁਹਾਡਾ ਵਿਊ ਜਾਨਣਾ ਚਾਹਾਂ ਕੰਟਰੀਜ਼ ਨੂੰ ਲੈ ਕੇ ਕੀ ਤੁਹਾਡਾ ਇਸ ਟਾਈਮ ਕੀ ਵਿਊ ਹੈਗਾ ਹੈ ਥੋੜੀ ਜਿਹੀ ਇਹ ਪ੍ਰੋਬਲਮ ਤੇ ਆਈ ਹੈ ਐਗਜ਼ਾਮ ਲੇਟ ਹੋਣ ਕਰਕੇ ਕਿਉਂਕਿ ਰਿਜ਼ਲਟਸ ਵੀ ਲੇਟ ਆਨੇ ਆ ਔਰ ਜਿਹੜੀ ਕੈਨੇਡਾ ਸਟੂਡੈਂਟਸ ਦੀ ਫਸਟ ਚੋਇਸ ਹੁੰਦੀ ਹੈ ਉਹਨਾਂ ਦੀ ਆਲਮੋਸਟ ਸੀਟਾਂ ਖਤਮ ਹੀ ਹੋ ਗਈਆਂ ਹਜੇ 10-20% ਬਚੀਆਂ ਓਕੇ ਰਾਈਟ ਯੂਕੇ ਦਾ ਵੀ ਤੁਸੀਂ ਸੁਣੋਗੇ ਕਿ ਸੈਪਟੈਂਬਰ ਇਨਟੇਕ ਦੀ ਬਹੁਤ ਸਾਰੀ ਯੂਨੀਵਰਸਿਟੀ ਦੀ ਸੀਟਾਂ ਖਤਮ ਹੋ ਗਈਆਂ ਹੁਣ ਬਚਿਆ ਕਿ ਤੁਹਾਡੇ ਕੋਲ ਆਸਟ੍ਰੇਲੀਆ ਆਸਟ੍ਰੇਲੀਆ ਬਹੁਤ ਚੂਜ਼ੀ ਹੈ ਹਜੇ ਰਿਜ਼ਲਟ ਨਹੀਂ ਆਇਆ ਤੇ ਹੁਣ ਜੈਨ ਫੈਬ ਕੈਨੇਡਾ ਹੋਏ ਆਸਟ੍ਰੇਲੀਆ ਹੋਏ ਪਲੱਸ ਪੁਆਇੰਟ ਕੀ ਹੈ ਕਿ ਨਿਊਜ਼ੀਲੈਂਡ ਖੁੱਲ ਰਿਹਾ ਤੇ ਉੱਥੇ ਹੁਣ ਖੁੱਲਣ ਦੇ ਸਾਰ ਹੀ ਨੈਚੁਰਲ ਹੈ ਕਿ ਇਹਨਾਂ ਨੂੰ ਇਕਦਮ ਤੋਂ ਆਫਰ ਲੈਟਰ ਮਿਲਨੇ ਸ਼ੁਰੂ ਹੋ ਜਾਣਗੇ ਲੇਟ ਹੁੰਦਾ ਔਰ ਨਿਊਜ਼ੀਲੈਂਡ ਖੁੱਲਣ ਦਾ ਮੇਰੇ ਖਿਆਲ ਇੱਕ ਨਾਲ ਹੀ ਇਹ ਸਾਰਾ ਕੁਝ ਹੋਏਗਾ ਸੈਟਅਪ ਤੇ ਨਿਊਜ਼ੀਲੈਂਡ ਸਟੂਡੈਂਟ ਜਿਹੜਾ ਜਾ ਸਕਦਾ ਹੈ ਬਸ ਨਿਊਜ਼ੀਲੈਂਡ ਜਿਹੜਾ ਪਹਿਲੇ 3 ਈਅਰ ਦਾ ਪੋਸਟ ਸਟੱਡੀ ਵਰਕ ਪਰਮਿਟ ਸੀਗਾ ਉਹਨਾਂ ਨੂੰ ਇਹਨਾਂ ਨੇ 1 ਈਅਰ ਦਾ ਕਰਤਾ ਇਹ ਚੇਂਜ ਆਈ ਹੈ ਅਦਰਵਾਈਜ਼ ਨਿਊਜ਼ੀਲੈਂਡ ਯੂਕੇ ਸਾਰੇ ਚੱਲ ਰਹੇ ਬਟ ਹੁਣ ਇਹਨਾਂ ਨੂੰ ਮੈਕਸੀਮਮ ਸਟੂਡੈਂਟਸ ਨੂੰ ਜਿਹੜਾ ਜੈਨ ਫੈਬ ਵਾਲਾ ਇਨਟੇਕ ਹੈ ਉਹ ਮਿਲੇਗਾ ਜੈਨ ਫੈਬ ਵਾਲਾ ਮਿਲੇਗਾ ਕਿਉਂਕਿ ਛੋਟਾ ਇਨਟੇਕ ਹੈ ਕਾਫੀ ਸਾਰੇ ਕੰਟਰੀਜ਼ ਦੇ ਵਿੱਚ ਅਕਤੂਬਰ ਨਵੰਬਰ ਇਨਟੇਕ ਕਹਿ ਲਓ ਇੱਕ ਛੋਟਾ ਜਿਹਾ ਇਨਟੇਕ ਹੁੰਦਾ ਉਹਦੇ ਵਿੱਚ ਬਹੁਤ ਜ਼ਿਆਦਾ ਚੋਇਸ ਨਹੀਂ ਹੁੰਦੀ ਜੇ ਜ਼ਿਆਦਾ ਚੋਇਸ ਚਾਹੀਦੀ ਹੈ ਫਿਰ ਆਪਾਂ ਨੂੰ ਜੈਨ ਫੈਬ ਲੇਕਿਨ ਮੇਰੀ ਇਹ ਸਟੂਡੈਂਟਸ ਨੂੰ ਰਿਕੁਐਸਟ ਹੈ ਜਿੱਦਾਂ ਹੀ ਰਿਜ਼ਲਟ ਆਏ ਇਹ ਇਮੀਡੀਏਟ ਅਪਲਾਈ ਕਰ ਲੈਣ ਕਿਉਂਕਿ ਰੀਜ਼ਨ ਬੀਂਗ ਇੱਦਾਂ ਜਿੱਦਾਂ ਹੁਣ ਸੀਟਾਂ ਖਤਮ ਹੋਈਆਂ ਨਾ ਪਤਾ ਚੱਲਿਆ ਫੈਬਰਲੀ ਸੀਟਾਂ ਵੀ ਇਮੀਡੀਏਟ ਖਤਮ ਹੋ ਗਈਆਂ ਫਿਰ ਇਹ ਜਾ ਕੇ ਅਗਲੇ ਸੈਪਟੈਂਬਰ ਮਤਲਬ 1 ਸਾਲ ਬਾਅਦ ਉਹ ਗੈਪ ਜਸਟੀਫਾਈ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਜੀ ਨੈਕਸਟ ਕਾਲਰ ਹੈਲੋ ਹੈਲੋ ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ ਜੀ ਹੈਲੋ ਪਲੀਜ਼ ਤੁਸੀਂ ਦੁਬਾਰਾ ਰੇਂਜ ਦੇ ਵਿੱਚ ਆ ਕੇ ਕਾਲ ਕਰ ਲਓ ਮੇਰੀ ਵੀ ਆਡੀਅੰਸ ਨੂੰ ਰਿਕੁਐਸਟ ਹੈ ਜੀ ਕਿ ਜਿਹੜੇ ਨੰਬਰ ਨੀਚੇ ਫਲੈਸ਼ ਹੋ ਰਹੇ ਨੇ ਤੁਸੀਂ ਇਹਨਾਂ ਨੰਬਰ ਨੂੰ ਡਾਇਲ ਕਰਨਾ ਕਾਲ ਕਰਨੀ ਹੈ ਸਵਾਲ ਆਪਣਾ ਪੁੱਛਣਾ ਤੇ ਟੀਵੀ ਦੀ ਆਵਾਜ਼ ਘਟਾ ਕੇ ਕਾਲ ਕਰਿਆ ਕਰੋ ਰੇਂਜ ਦੇ ਵਿੱਚ ਆ ਕੇ ਕਾਲ ਕਰਿਆ ਕਰੋ ਅੱਛਾ ਮੈਮ ਜਿੱਦਾਂ ਕਿ ਚਲੋ ਇਸ ਵਾਰੀ ਹੋਇਆ ਕਿ ਐਗਜ਼ਾਮ ਲੇਟ ਨੇ ਅਦਰਵਾਈਜ਼ ਸਪਤੰਬਰ ਇਨਟੇਕ ਵੀ ਮਿਲ ਜਾਂਦਾ ਹੁੰਦਾ ਸੀ ਪਲੱਸ ਟੂ ਵਾਲਿਆਂ ਨੂੰ ਕੋਈ ਕੰਡੀਸ਼ਨਲ ਆਫਰ ਲੈਟਰ ਲੈ ਕੇ ਰੱਖ ਲਈਏ ਜਾਂ ਕੁਝ ਇੱਦਾਂ ਦੀ ਸਿਚੁਏਸ਼ਨ ਹੈਗੀ ਹੈ ਕਿ ਹਨਾ ਨੇੜੇ ਜੇ ਜਾ ਕੇ ਅਪਲਾਈ ਕਰਾਂਗੇ ਦੇਖੋ ਜਿਹੜੇ ਇਗਜ਼ਾਮ ਦਿੱਤੇ ਆ ਅਪੀਅਰਡ ਦਾ ਸਰਟੀਫਿਕੇਟ ਹਰ ਸਕੂਲ ਦੇ ਦਿੰਦਾ ਉਹਦੇ ਨਾਲ ਇਹ ਕੰਡੀਸ਼ਨਲ ਆਫਰ ਲੈਟਰ ਅਪਲਾਈ ਕਰ ਸਕਦੇ ਕਾਫੀ ਸਾਰੀ ਕੰਟਰੀ US ਵੀ ਦਿੰਦਾ ਤੁਹਾਨੂੰ ਆਸਟ੍ਰੇਲੀਆ ਵੀ ਦਿੰਦਾ ਤੇ ਉਹ ਇਹ ਕਰ ਸਕਦੇ ਆ ਕੰਡੀਸ਼ਨਲ ਦਾ ਕਿਉਂਕਿ ਕੈਨੇਡਾ ਦੇ ਵਿੱਚ ਜਿੱਥੇ ਸੀਟ ਹੀ ਨਹੀਂ ਹੋਏਗੀ ਉੱਥੇ ਤੇ ਦੇ ਕੈਨ ਨਾਟ ਡੂ
बट इथे दो कंट्रियां विच कर सकते ओके हेलो हेलो हां जी जी गुड इवनिंग कौन गल कर रहे हो कितो गल कर रहे हो हां जी अमनदीप दसो की पूछना चाहते हो नर्सिंग कदो की है की किता तुसी ओके टू ईयर का एक्सपीरियंस भी है तुहाडे को यूके जाना आइल्स कीती हुई है अमनदीप तुहाडे रिलेटेड मेरे को बहुत अच्छे प्रोग्राम है यूके दे है ना इंटर्नशिप प्रोग्राम कह लो प्रोग्राम डायरेक्ट इलिजिबल हो जाते हो जॉब वास्ते जब तुम पढ़ना चाहते हो तो सिक्स बैंड एटलीस्ट चाहिए या 6.5 चाहिए और तुम बैचुलर रिपीट भी करनी पैंती है या टॉप अप देंगे वो यूनिवर्सिटी दे डिपेंड करता है बट उस प्रोग्राम च जाके डायरेक्ट ही काम कर सकते हो प्रोग्राम भी बहुत अच्छा प्रोग्राम है अच्छा बाकी इनफॉरमेशन लैण वास्ते बेटा कल फोन कर सकते हो या साडे ऑफिस तो फोन आएगा तुहानू सारी डिटेल दस देंगे जलंधर तो बोल रहे हैं ना चलो ऑनलाइन काउंसलिंग मैं आप कर दूंगी या मेरा स्टाफ कर देगा तो दैट्स अ ब्यूटीफुल प्रोग्राम रेस्ट इज अप टू यू की प्रोग्राम है थोड़ा जा दो चार लाइन दे विच चेक देखो ओदे विच की हुंदा है कि एदे विच दो प्रोग्राम है साडे कोल वन इज कैनेडा कैनेडा दी पीआर है डायरेक्ट ही विद जॉब ठीक है बच्चा जाके उथे जॉब शुरू करदा और पीआर पा दिंदा ठीक है सैकेंड साडे कोल ऑप्शन है यूके दा यूके दे विच कह लो इंटर्नशिप है या ओदे विच जेड़ा इना दा 2 ईयर दा वीजा हुंदा है ते ओदे विच इना नू जेड़ा मिनिमम 20,000 दी इना दी जॉब लग जांदी है ते ओ प्रोग्राम भी बहुत अच्छा है इंटर्नशिप ते साडे कोल हॉस्पिटैलिटी मैनेजमेंट वास्ते भी है ऑस्ट्रेलिया दी है ते ओदे विच सानू आइल्स भी नहीं चाहिदी हुंदी लेकिन ओदे विच की है 18 तो 30 साल दे अंदर एज होनी चाहिदी है एंड मतलब लास्ट वन या वन एंड हाफ ईयर च ओदी लास्ट क्वालिफिकेशन होनी चाहिदी है ये नहीं कि 3-4 साल पहले पढ़े हुए है वो हॉस्पिटैलिटी मैनेजमेंट दी बैचलर या डिप्लोमा जो भी किता होया वो हॉस्पिटैलिटी मैनेजमेंट एक्चुअल होना चाहिए ओके अच्छा इदा दे जेड़े प्रोग्राम्स हैगे ने नर्सिंग हॉस्पिटैलिटी तुसी क्या इन्हां नूं मिलदे कि इस तो इलावा भी कुछ फील्ड हैगिया ने कि इंटर्नशिप प्रोग्राम पीआर प्रोग्राम मिल सकदा बीबीए वगैरह प्रोग्राम्स है उन्हां दे बेस ते भी इंटर्नशिप है बीकॉम बीबीए ऑस्ट्रेलिया दी है मैक्सिमम ओके ऑस्ट्रेलिया ਦੇ ਵਿੱਚ ਠੀਕ ਹੈ ਜੀ ਠੀਕ ਹੈ ਇਸ ਇਹਨਾਂ ਪ੍ਰੋਗਰਾਮਸ ਬਾਰੇ ਮੈਂ ਤਾਂ ਗੱਲ ਕਰ ਹੀ ਰਹੀ ਹਾਂ ਪਰ ਤੁਸੀਂ ਇੱਕ ਵਾਰੀ ਜਿੱਦਾਂ ਦਾ ਤੁਹਾਡਾ ਪ੍ਰੋਫਾਈਲ ਹੁੰਦਾ ਡਿਸਕਸ ਕਰਿਆ ਕਰੋ ਜ਼ਰੂਰੀ ਨਹੀਂ ਹੁੰਦਾ ਕਿ ਸਟੱਡੀ ਵੀਜ਼ਾ ਇਸ ਤੋਂ ਇਲਾਵਾ ਵੀ ਤੁਹਾਨੂੰ ਬਹੁਤ ਸਾਰੇ ਪ੍ਰੋਗਰਾਮਸ ਜਿਹੜੇ ਹੈਗੇ ਨੇ ਉਹ ਮਿਲ ਸਕਦੇ ਨੇ ਪੀਆਰ ਮਿਲ ਸਕਦੇ ਨੇ ਇੰਟਰਨਸ਼ਿਪ ਪ੍ਰੋਗਰਾਮਸ ਮਿਲ ਸਕਦੇ ਨੇ ਸੋ ਇੱਕ ਵਾਰ ਡਿਸਕਸ ਜਿਹੜਾ ਉਹ ਤੁਸੀਂ ਕਰ ਲਿਆ ਕਰੋ ਅੱਛਾ ਮੈਮ ਆਪਾਂ ਇੱਕ ਕੰਡੀਸ਼ਨਲ ਆਫਰ ਲੈਟਰ ਦੀ ਗੱਲ ਕਰ ਰਹੇ ਸੀ ਕੰਡੀਸ਼ਨਲ ਆਫਰ ਲੈਟਰ ਅਪਲਾਈ ਕਰਨ ਦੇ ਲਈ ਕੀ ਰਿਕੁਆਇਰਮੈਂਟ ਹੋਣਗੀਆਂ ਕੀ ਬੱਚੇ ਨੂੰ ਆਇਲਸ ਵੀ ਕੰਪਲੀਟ ਹੋਣੀ ਚਾਹੀਦੀ ਹੈ ਕਿੰਨੇ ਕੁ ਪਰਸੈਂਟੇਜ ਹੋਣੀ ਚਾਹੀਦੀ ਹੈ ਕਿਹੜੇ ਕਾਲਜ ਯੂਨੀਵਰਸਿਟੀਜ਼ ਉਹਨਾਂ ਚ ਮਿਲ ਜਾਣਗੇ ਪ੍ਰੀਤ ਆਪਾਂ ਕੰਟਰੀ ਵਾਈਜ਼ ਗੱਲ ਕਰ ਲੈਂਦੇ ਹਾਂ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਜਿਹੜੀ ਫਸਟ ਚੋਇਸ ਹੁੰਦੀ ਹੈ ਸਟੂਡੈਂਟਸ ਦੀ ਜਾਂ ਯੂਐਸ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਕਿਉਂਕਿ ਸੀਟਾਂ ਬਹੁਤ ਘੱਟ ਬਚ ਰਹੀਆਂ ਬਹੁਤ ਪ੍ਰੈਸ਼ਰ ਹੈ ਸਟੂਡੈਂਟਸ ਦਾ ਵੀਜ਼ਾ ਵੀ ਬਹੁਤ ਮਿਲਿਆ ਆਰ ਕੇ ਈਵਨ ਪੀਟੀ ਦੇ ਨਾਲ ਸਟੂਡੈਂਟਸ ਨੂੰ ਵੀਜ਼ਾ ਲੱਗਿਆ ਪਿਛਲੇ 15 ਕੁ ਦਿਨ ਚ ਉਸ ਤੋਂ ਪਹਿਲਾਂ ਰਿਜੈਕਸ਼ਨ ਵੀ ਬਹੁਤ ਆਈਆਂ ਲੇਕਿਨ 15 ਕੁ ਦਿਨ ਚ ਵੀਜ਼ਾ ਵੀ ਬਹੁਤ ਆਇਆ ਤੇ ਸਟੂਡੈਂਟਸ ਦਾ ਜਿਹੜਾ ਕਿਉਂਕਿ ਰੀਜ਼ਨ ਬੀਂਗ ਕਿ ਉਹਨਾਂ ਦੇ ਕੋਲ ਆਲਰੇਡੀ ਇੰਨਾ ਬੱਚਾ ਜਾ ਰਿਹਾ ਕਿ ਸੀਟ ਬਚਦੀ ਨਹੀਂ ਹੈ ਤੇ ਅਸੀਂ ਜੈਨ ਫੈਬ ਵਾਸਤੇ ਜੇ ਸੈਪਟੈਂਬਰ ਦੀ ਸੀਟ ਹੈ ਤੁਸੀਂ ਇਮੀਡੀਏਟ ਅਪਲਾਈ ਕਰ ਲਓ ਔਰ ਜੇ ਨਹੀਂ ਹੈ ਕਿਉਂਕਿ ਪ੍ਰੋਬਲਮ ਕਿ ਸੀਟ ਤੇ ਮਿਲ ਜਾਂਦੀ ਹੈ ਸਟੂਡੈਂਟ ਕੀ ਕਹਿੰਦਾ ਮੈਂ ਪਰਟੀਕੂਲਰ ਇਸੇ ਕਾਲਜ ਚ ਜਾਣਾ ਇੱਥੇ ਮੇਰੇ ਰਿਲੇਟਿਵ ਰਹਿੰਦੇ ਆ ਤੇ ਉਹ ਕਈ ਵਾਰੀ ਚੈਲੰਜ ਆ ਜਾਂਦਾ ਕਿਉਂਕਿ ਉਹ ਆਲਰੇਡੀ ਖਤਮ ਹੋ ਗਈ ਹੁੰਦੀ ਹੈ ਸੀਟ ਉਹ ਜਿੱਦਾਂ 2-3 ਏਰੀਆ ਹੋ ਗਏ ਨਾ ਕਿ ਸਾਰਾ ਬੱਚਾ ਉੱਥੇ ਹੀ ਜਾਣਾ ਚਾਹੁੰਦਾ ਭੀੜ ਚ ਹੀ ਜਾਣਾ ਚਾਹੁੰਦਾ ਤੇ ਭੀੜ ਤਾਂ ਜਿੱਥੇ ਉੱਥੇ ਇੱਕ ਲਿਮਿਟਿਡ ਕਾਲਜਿਸ ਹੋਣਗੇ ਜਿੱਥੇ ਮਿਲਦੀ ਹੈ ਸੀਟ ਉੱਥੇ ਚਲੇ ਜਾਓ ਨਹੀਂ ਤੁਸੀਂ ਉੱਥੇ ਜਾਣਾ ਕੰਪਰੋਮਾਈਜ਼ ਕਰਨਾ ਉੱਥੇ ਹੀ ਆਪਣੀ ਜਿਹੜੀ ਫੇਵਰੇਟ ਜਗ੍ਹਾ ਤੇ ਹੀ ਜਾਣਾ ਫਿਰ ਤੁਸੀਂ ਜੈਨ ਫੈਬ ਵਾਸਤੇ ਇਮੀਡੀਏਟ ਅਪਲਾਈ ਕਰਵਾ ਲਓ ਪਤਾ ਚੱਲਿਆ ਕਿ ਤੁਹਾਨੂੰ ਉਹ ਵੀ ਸੀਟ ਨਹੀਂ ਮਿਲੀ ਵੇਟ ਕਰਦੇ ਰਹਿ ਗਏ ਮੈਂ ਬਹੁਤ ਵਾਰੀ ਦੇਖਿਆ ਆਪਣੇ ਐਕਸਪੀਰੀਅੰਸ ਤੋਂ ਕਿ ਸਟੂਡੈਂਟ ਕਹਿੰਦਾ ਕੋਈ ਗੱਲ ਨਹੀਂ ਜੀ ਹਜੇ ਤੇ ਥੋੜਾ ਟਾਈਮ ਅਸੀਂ ਅਪਲਾਈ ਕਰ ਲਾਂਗੇ ਜਦ ਤੱਕ ਉਹ ਸੋਚਦੇ ਆ ਨਾ ਜਦ ਤੱਕ ਉਹਦੀ ਵੀ ਸੀਟਾਂ ਖਤਮ ਹੋ ਜਾਂਦੀਆਂ ਫਿਰ ਇਹਨਾਂ ਨੂੰ ਕੰਪਰੋਮਾਈਜ਼ ਕਰਨਾ ਪੈਂਦਾ ਬਿਲਕੁਲ ਬਿਲਕੁਲ ਤੇ ਇਨ ਬਿਲਕੁਲ ਜੀ ਇਹ ਸਾਰਾ ਸੋਚ ਸਮਝ ਕੇ ਤੁਸੀਂ ਕਰਿਆ ਕਰੋ ਵੇਟ ਨਾ ਕਰਿਆ ਕਰੋ ਕਿਉਂਕਿ ਅੱਜ ਇੱਕ ਕਾਲਜ ਰੈਪ ਮੇਰੇ ਆਫਿਸ ਚ ਬੈਠੇ ਸੀਗੇ ਜੀ ਮੈਮ ਉਸ ਬਾਰੇ ਜਾਣਾਂਗੀ ਪਰ ਪਹਿਲਾਂ ਕਾਲਰ ਲੈਣੇ ਆ ਹੈਲੋ ਸਤਿ ਸ਼੍ਰੀ ਅਕਾਲ ਜੀ ਟੀਵੀ ਦੀ ਆਵਾਜ਼ ਘਟਾ ਲਓ ਪਲੀਜ਼ ਹਾਂਜੀ ਹਰਪ੍ਰੀਤ ਕਿੱਥੋਂ ਗੱਲ ਕਰ ਰਹੇ ਹੋ ਕੀ ਪੁੱਛਣਾ ਚਾਹੁੰਦੇ ਹੋ ਜੀ ਲੁਧਿਆਣੇ ਤੋਂ ਮੈਂ ਪੁੱਛਣਾ ਚਾਹੁੰਦੀ ਹਾਂ ਮੈਂ ਮੇਰੇ 5.5 ਬੈਂਡ ਹੈ
ਠੀਕ ਹੈ ਸਟੱਡੀ ਕੀ ਕੀਤੀ ਹੈ ਠੀਕ ਹੈ ਕਿੱਥੇ ਜਾਣਾ ਹਰਪ੍ਰੀਤ ਤੁਸੀਂ ਸਾਢੇ ਪੰਜ ਓਵਰਆਲ ਓਵਰਆਲ ਨੇ ਤੁਹਾਡੇ ਓਕੇ ਜਾਣਾ ਕੈਨੇਡਾ ਹੀ ਹੈ ਤੁਸੀਂ ਠੀਕ ਹੈ ਜੀ ਹਰਪ੍ਰੀਤ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ ਮੈਮ ਸਾਢੇ ਪੰਜ ਕੈਨੇਡਾ ਹੈ ਹਰਪ੍ਰੀਤ ਜੀ ਤੁਹਾਡਾ ਮੈਂ ਜਿਹੜਾ ਕੁਸਚਨ ਸੁਣ ਲਿਆ ਐਂਡ ਉਹਦੇ ਵਿੱਚ ਇਹ ਹੈ ਕਿ ਤੁਸੀਂ ਕਹਿੰਦੇ ਹੋ ਕਿ ਸਾਢੇ ਪੰਜ ਬੈਂਡ ਹੈ ਅਦਰਵਾਈਜ਼ ਗੈਪ ਨਹੀਂ ਹੈ ਹੁਣ ਮੈਨੂੰ ਕੀ ਹੈ ਕਿ ਤੁਹਾਡੀ ਕਿਹੜੀ ਕਿਹੜੀ ਇਨਫੋਰਮੇਸ਼ਨ ਚਾਹੀਦੀ ਹੈ ਪਲੱਸ ਟੂ ਦੀ ਕੀ ਪਰਸੈਂਟੇਜ ਹੈ ਗ੍ਰੈਜੂਏਸ਼ਨ ਦੀ ਕਿੰਨੀ ਪਰਸੈਂਟੇਜ ਆਏਗੀ ਸਬਜੈਕਟਸ ਕੀ ਹੈ ਕਿਹੜੀ ਯੂਨੀਵਰਸਿਟੀ ਤੋਂ ਕੀਤਾ ਖਾਲੀ ਇਹ ਨਹੀਂ ਕਿ ਆਪਾਂ ਖਾਲੀ ਮਤਲਬ ਬੈਂਡ ਦੇ ਸਿਰ ਤੇ ਹੀ ਵੀਜ਼ਾ ਅਸੀਂ ਡਿਸਾਈਡ ਕਰ ਲਾਂਗੇ ਸਾਨੂੰ ਇਹ ਬੜੀ ਇਨਫੋਰਮੇਸ਼ਨ ਇੰਪਾਰਟੈਂਟ ਹੁੰਦੀ ਹੈ ਇਹ ਚੀਜ਼ ਮੇਰੇ ਕੋਲ ਆ ਜਾਏਗੀ ਉਹਦੇ ਬਾਅਦ ਤੁਹਾਡੇ ਬੈਂਡ ਦਾ ਜਿਹੜਾ ਹੁੰਦਾ ਸਾਢੇ ਪੰਜ ਬੈਂਡ ਤੇ ਵੀਜ਼ਾ ਨਹੀਂ ਆਉਂਦਾ ਲੇਕਿਨ ਸਿਕਸ ਬੈਂਡ ਨੋਟ ਲੈਸ ਦੈਨ 5.5 ਹੁੰਦੇ ਇੱਕ ਅੱਧੇ ਚ ਫੇਰ ਵੀ ਅਸੀਂ ਸੋਚ ਲੈਣਾ ਸੀਗਾ ਔਰ ਕਿ ਦੋ ਚ ਸਾਢੇ ਪੰਜ ਨੂੰ ਵੀ ਵੀਜ਼ਾ ਦਿੱਤਾ ਇਹਨਾਂ ਨੇ ਸਾਡੇ ਆਫਿਸ ਚ ਹੀ ਆਏ ਆ ਇੱਕ ਚ ਸਾਢੇ ਪੰਜ ਨੂੰ ਵੀ ਵੀਜ਼ਾ ਦਿੱਤਾ ਵੀਜ਼ੇ ਬਹੁਤ ਆਏ ਆਰ ਕੇ ਲੇਕਿਨ ਜਿਹੜਾ ਕਿ ਸਾਢੇ ਪੰਜ ਓਵਰਆਲ ਚ ਨਹੀਂ ਆਏਗਾ ਸਾਢੇ ਪੰਜ ਈ ਚ ਤੇ ਤੁਹਾਡਾ ਯੂਕੇ ਦਾ ਆ ਸਕਦਾ ਠੀਕ ਹੈ ਹੁਣ ਤੁਹਾਡਾ ਹੋਰ ਕੀ ਆਪਸ਼ਨ ਹੋ ਸਕਦੀ ਹੈ ਹੋਰ ਅਸੀਂ ਤੁਹਾਨੂੰ ਇਹ ਕਹਾਂਗੇ ਜਾਂ ਤੇ ਰਿਪੀਟ ਕਰ ਲਓ ਆਇਲਸ ਜਾਂ ਤੁਸੀਂ ਯੂਕੇ ਦਾ ਲਗਾ ਲਓ ਅਦਰਵਾਈਜ਼ ਕੋਈ ਸਮਾਲ ਕੰਟਰੀ ਦਾ ਲੈ ਕੇ ਪਾਥਵੇ ਆਪਸ਼ਨ ਲੈ ਲਓ ਬਹੁਤ ਅੱਛੀ ਕੰਟਰੀਜ਼ ਹੈ ਕਈ ਵਾਰੀ ਸਟੂਡੈਂਟ ਕਹਿੰਦੇ ਕਿ ਮੈਡਮ ਤੁਸੀਂ ਟੀਵੀ ਚ ਅੱਜ ਵੀ ਦੋ ਲੜਕੀਆਂ ਆਈ ਸੀ ਟੀਵੀ ਪ੍ਰੋਗਰਾਮ ਤੋਂ ਕਿਵੇਂ ਕਹਿੰਦੇ ਤੁਹਾਡੇ ਮੈਂ ਕਾਲ ਕੀਤੀ ਸੀਗੀ ਔਰ ਮੇਰੀ ਇਹ ਆਇਲ ਸਕੋਰ ਸੀਗਾ ਪੀਟੀ ਤਾਂ ਮੈਂ ਕਿਹਾ ਕੀ ਦੱਸਿਆ ਸੀਗਾ ਕਹਿੰਦੇ ਯੂਕੇ ਤੁਹਾਡਾ ਆਨਸਰ ਸੀਗਾ ਤੇ ਜਿੱਥੇ ਹੋਣਾ ਸੀ ਤੁਹਾਨੂੰ ਉਹੀ ਦੱਸਣਾ ਬਿਲਕੁਲ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਹੋ ਕਿੱਥੋਂ ਗੱਲ ਕਰ ਰਹੇ ਹੋ ਕੀ ਪੁੱਛਣਾ ਚਾਹੁੰਦੇ ਹੋ ਹਾਂਜੀ ਦੱਸੋ ਜੀ ਕੀ ਪੁੱਛਣਾ ਚਾਹੁੰਦੇ ਹੋ ਠੀਕ ਹੈ ਸਾਢੇ ਛੇ ਬੈਂਡ ਨੇ ਓਕੇ ਅੱਛਾ ਕੰਡੀਸ਼ਨਲ ਆਫਰ ਲੈਟਰ ਤੁਸੀਂ ਮੰਗਵਾ ਕੇ ਰੱਖਣਾ ਚਾਹੁੰਦੇ ਹੋ ਪਲੱਸ ਟੂ ਆਰਟਸ ਦੇ ਵਿੱਚ ਕਰ ਰਿਹਾ ਬੱਚਾ ਨਾਨ ਮੈਡੀਕਲ ਚ ਕਿੰਨੀ ਕੁ ਉਮੀਦ ਹੈ ਬੱਚੇ ਨੂੰ ਕਿੰਨੇ ਕੁ ਪਰਸੈਂਟ ਨੰਬਰ ਲੈ ਲੇਗਾ ਓਕੇ ਓਕੇ ਵੈਰੀ ਨਾਈਸ ਚਲੋ ਬਹੁਤ ਅੱਛਾ ਸਟੂਡੈਂਟ ਹੈ ਹਾਂਜੀ ਹਾਂਜੀ ਠੀਕ ਹੈ ਜੀ ਜੀ ਮੈਮ ਤੁਸੀਂ ਕੰਡੀਸ਼ਨਲ ਆਫਰ ਲੈ ਸਕਦੇ ਹੋ ਜੁਲਾਈ ਵਾਸਤੇ ਕਿਉਂਕਿ ਮੇਰੇ ਖਿਆਲ ਰਿਜ਼ਲਟ ਤੁਹਾਡਾ ਨੈਕਸਟ ਮੰਥ ਆ ਜਾਏਗਾ ਜੂਨ ਹਾਂਜੀ ਤੇ ਤੁਸੀਂ ਸਾਰੇ ਜਿਹੜੇ ਹੈ ਜਿੰਨੀ ਦੇਰ ਜੀ ਟੀ ਦੇ ਡਾਕੂਮੈਂਟਸ ਤਿਆਰ ਕਰੋਗੇ ਫਾਈਨੈਂਸ਼ੀਅਲ ਇਨਕਮ ਟੈਕਸ ਰਿਟਰਨਸ ਜੋ ਵੀ ਡਾਕੂਮੈਂਟਸ ਹੁੰਦੇ ਆ ਜਦ ਤੱਕ ਇਹਦਾ ਫਾਈਨਲ ਰਿਜ਼ਲਟ ਆ ਜਾਏਗਾ ਤੇ ਸਾਨੂੰ ਅਨਕੰਡੀਸ਼ਨਲ ਮਿਲ ਜਾਏਗੀ ਹਜੇ ਕੰਡੀਸ਼ਨਲ ਮਿਲ ਜਾਏਗੀ ਠੀਕ ਹੈ ਤੇ ਬਹੁਤ ਅੱਛਾ ਕੇਸ ਹੈ ਤੁਹਾਡਾ ਔਰ ਵਧੀਆ ਕੋਰਸ ਚ ਆਪਾਂ ਐਡਮਿਸ਼ਨ ਕਰਾਵਾਂਗੇ ਜਿਸ ਤੋਂ ਅੱਗੇ ਸੈਟਲਮੈਂਟ ਆਪਸ਼ਨ ਅੱਛੀਆਂ ਮਿਲ ਜਾਣਗੇ ਜੀ ਜੀ ਬਿਲਕੁਲ ਜੀ ਕੰਡੀਸ਼ਨਲ ਆਫਰ ਲੈਟਰ ਮੰਗਵਾ ਕੇ ਤੁਸੀਂ ਰੱਖ ਸਕਦੇ ਹੋ ਆਸਟ੍ਰੇਲੀਆ ਹੁਣ ਠੀਕ ਹੈ ਅੱਛੇ ਵੀਜ਼ਾ ਆ ਰਹੇ ਨੇ ਆਸਟ੍ਰੇਲੀਆ ਦੇ ਵਿੱਚ ਅੱਛੇ ਆ ਜਾਂਦੇ ਆ ਕਈ ਵਾਰੀ ਥੋੜਾ ਜਿਹਾ ਕਿਉਂਕਿ ਇਹ ਬੜੀ ਕਲੀਅਰ ਚੀਜ਼ ਹੈ ਕਿ ਆਸਟ੍ਰੇਲੀਆ ਕਦੀ ਵੀ ਪੂਅਰ ਪ੍ਰੋਫਾਈਲ ਨੂੰ ਵੀਜ਼ਾ ਨਹੀਂ ਦੇਗਾ ਵਿੱਚ ਵਿੱਚ ਦੇ ਵੀ ਦਿੰਦੇ ਆ ਤੇ ਇੱਕ ਲੋਕਾਂ ਨੂੰ ਉਮੀਦ ਬਣ ਜਾਂਦੀ ਹੈ ਅਦਰਵਾਈਜ਼ ਜ਼ਿਆਦਾਤਰ ਜਿਹੜਾ ਆਸਟ੍ਰੇਲੀਆ ਵੀਜ਼ਾ ਦੇ ਰਿਹਾ ਉਹ ਇੱਕ ਅੱਛੇ ਪ੍ਰੋਫਾਈਲ ਨੂੰ ਜਿਹਦਾ ਕੋਈ ਗੈਪ ਨਾ ਹੋਏ ਜਿਹੜਾ ਪਰਸੈਂਟੇਜ ਅੱਛੀ ਹੋਏ ਸਬਜੈਕਟ ਅੱਛੇ ਹੋਣ ਆਇਲਸ ਦੇ ਬੈਂਡ ਸਿਕਸ ਬੈਂਡ ਈਚ ਐਟਲੀਸਟ ਹੋਣ ਯੂਨੀਵਰਸਿਟੀਆਂ ਵੀ ਉਹੋ ਜਿਹੇ ਹੀ ਬੱਚਿਆਂ ਨੂੰ ਆਫਰ ਲੈਟਰ ਦੇ ਰਹੀ ਹੈ ਸਪੈਸ਼ਲੀ ਨਾਰਥ ਦੇ ਜੇ ਇਹੀ ਮੈਂ ਗੱਲ ਕਰਾਂ ਮਹਾਰਾਸ਼ਟਰਾ ਦੀ ਜਾਂ ਉਸ ਸਾਈਡ ਦੀ ਈਸਟ ਦੀ ਤੇ ਇੱਕ ਚ ਸਾਢੇ ਪੰਜ ਬੈਂਡ ਜਾਂ ਦੋ ਚ ਸਾਢੇ ਪੰਜ ਬੈਂਡ ਵੀ ਚੱਲ ਜਾਣਗੇ ਆਇਲਸ ਵੀ ਚਲੋ ਘੱਟ ਚੱਲ ਜਾਏਗੀ ਬਟ ਪਰਸੈਂਟੇਜ 60% ਤੋਂ ਪਲੱਸ ਟੂ ਚ ਘੱਟ ਕੋਈ ਵੀ ਨਹੀਂ ਲੈ ਰਿਹਾ ਈਵਨ ਗ੍ਰੈਜੂਏਸ਼ਨ ਚ ਜਿਹੜੀ 55% ਅੱਛੀ ਯੂਨੀਵਰਸਿਟੀ ਲੈਵਲ 1 ਯੂਨੀਵਰਸਿਟੀਆਂ ਜਿਨ੍ਹਾਂ ਨੂੰ ਕਹਿੰਦੇ ਆ ਉਹਨਾਂ ਦੇ ਵਿੱਚ ਲੈਣਗੇ ਆਸਟ੍ਰੇਲੀਆ ਥੋੜਾ ਚੂਜ਼ੀ ਹੈ ਧਿਆਨ ਰੱਖਣਾ ਆਸਟ੍ਰੇਲੀਆ ਦੇ ਵਿੱਚ ਜਿਹੜਾ ਵੀਜ਼ਾ ਹੈ ਜਦ ਤੁਸੀਂ ਗ੍ਰੈਜੂਏਸ਼ਨ ਦੇ ਬਾਅਦ ਗੈਪ ਹੈ ਜੋਬ ਕਰ ਰਹੇ ਹੋ ਅਕਾਊਂਟ ਚ ਸੈਲਰੀ ਆ ਰਹੀ ਹੈ ਫੇਰ ਓਕੇ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਹੋ
हेलो, सत श्री अकाल जी। हां जी, सत श्री अकाल जी। तुसी टीवी ते ना आवाज सुनो, फोन ते गल करो प्लीज। किथों गल कर रहे हो? टूरिस्ट वीजा तुसी अपना लगवाना है? हां जी, हां जी। कौन रहंदा तुहाडा बाहर? बाहर मम्मी जी रहंदे जी। मामी जी रहंदे। तुहाडी की एज है? 22 है। अच्छा, ते की प्रोफाइल है तुहाडा? की स्टडी वगैरह कर रहे हो या फिर कोई बिजनेस कर रहे हो? की काम है? बीकॉम कर रहे हैं। बीकॉम कर रहे हैं, ठीक है जी। टीवी स्क्रीन ते आंसर सुन लो तुसी। देखो, एज तो इन्हों की घट है, 22 है। फिर बाकी फैक्टर देखने पैने, जिदा ये कह रहे मासी जी रेंदे है, इन्हों के जान का की रीजन है, इन्हों की मदर इन्हों के नाल जा रहे है, और फाइनेंशियली किन्ने स्ट्रोंग है, किन्नी इनकम टैक्स रिटर्न है, इन्हों सारा चीजा ते ही टूरिस्ट वीजा हुंदा है। ये नहीं कि जेडी मर्जी फाइल अपा चक्के लगाती, या तो इन्हों की कोई ट्रैवलिंग हिस्टरी होए, या फिर फाइनेंशियली पेपर सारे वधिया होण, फिर 18 साल के बच्चे का भी लग जाएगा, 10 साल के बच्चे का भी लग जाएगा, वो कोई प्रॉब्लम नहीं है। पेपर सही होने चाहिए, पेपर सही होने चाहिए, फाइनेंशियली स्ट्रांग होना चाहिए बंदा। ठीक है जी। सो बिल्कुल, टीवी स्क्रीन ते जी किन जावा परदेश तुसी शो देख रहे हो साडा, जिदे विच परदेश किवें जाना प्रॉपर तरीके दे नाल तुहानू समझाया जांदा, एक्सपर्ट्स उन्हां नू ही इत्थे इनवाइट किया जांदा जिन्हां नू बहुत सालां दा एक्सपीरियंस हुंदा, जिवें कि नेविगेटर मोर दैन 25 ईयर एक्सपीरियंस आ मैम, हमेशा ही साडे शो दे विच आउंदे ने, बच्चां नू जानकारी दे के जांदे ने। सो तुहाडी भी रिस्पोंसिबिलिटी बनदी है कि तुसी भी कॉल करो, क्योंकि कोई पैसा नहीं लग रहा, तुसी फ्री च तुहानू नॉलेज मिल रही है। प्रीत, यही चीज इत्थे है कि जिहड़ा असीं शो च आके इनफॉर्मेशन भी दे रहे हां, ऑफिस भी बच्चा जब वॉक इन करता है, टोटल इनफॉरमेशन फ्री देने, जबकि तुसी अब्रॉड जाओगे तो उन्होंने हाफ आवर दे जेड़ा 30 मिनट्स दी वॉकिंग दे भी चार्जेस होंगे। बिल्कुल, तो ये चीज है कि इत्थे इनफॉरमेशन, लेकिन ज्यादा इनफॉरमेशन भी बच्चे वास्ते कई बार मिसगाइड बहुत होंगे, इस करके जेडी पुराने लोग है जिन्होंने को बहुत तजर्बा है वो तो सही गाइड कर सकते हैं, नहीं तो आजकल चीटिंग ही बहुत हो जाती है बच्चे की, आप दी गलती नाल होंगी है। बिल्कुल बिल्कुल, आजकल एक्चुअली की है कि तुसी क्या एक्सेस जो नॉलेज भी हो जाती है ना, इन शोज एक्चुअली एक्सेस नॉलेज भी अलग चीज है जेडी मिसलीडिंग इनफॉरमेशन, मिसलीडिंग इनफॉरमेशन। बिल्कुल जी। हेलो हेलो, हां जी, सत श्री अकाल जी, कौन गल कर रहे हो? थोड़ा जा उच्ची बोलो तुसी। हेलो, ठीक है, दसो बेटे दी सितंबर इनटेक दी लगी हुई सी फाइल, किथे लगी है, केड़ी कंट्री वास्ते? हां जी, रिजल्ट नहीं आया अजे? साढ़े छे बैंक सी, रिफ्यूजल क्यों आई, की रीजन मिलिया थानू रिफ्यूजल दा? ओके, ठीक है, बच्चे ने की पढ़ाई कीती इत्थे? कॉमर्स की है, ते साढ़े छे बैंड सी, क्वालिफिकेशन की है? क्वालिफिकेशन कॉमर्स की है, प्लस टू ना, प्लस टू की है बच्चे ने कॉमर्स दे विच, सो ऑब्वियसली कि प्लस टू ही की होगी कॉमर्स दे विच, साढ़े छे बैंड। तुसी टीवी स्क्रीन ते आंसर सुन लो। देखो, मैनू हजे थोड़ी जी इनफॉरमेशन होर चाहिए, मेरे ख्याल आवाज नहीं आ रही सी कि साढ़े छे बैंड है, प्लस टू की है, परसेंटेज की है, केड़ा कोर्स इन्होंने लिया सी जिसके उपर रिजेक्शन हुई है, है ना, इन्हां दी अपनी परसेंटेज की है, ओदा रिलेशन अपग्रेडेशन ऑफ द कोर्स की सीगा जो इन्होंने पढ़िया, उस तो ज्यादा इन्हां नूं की उत्थे जिहड़ा कोर्स लिया ओदे विच इनफॉरमेशन मिलनी सी। ए सारी चीजां देख के मैं, क्योंकि मेरा काम ही वीजा रिफ्यूजल दा, जिहड़ा कि जिहड़े भी स्टूडेंट दा होए, मैं वीजा जिहड़ा लगवा के दिंनी आ, क्योंकि टेक्निकल एरर्स हुंदे आ कई वारी, चीजा सही नहीं बनी होंगी, इस करके वीजा रिफ्यूजल होंगे। ओके ओके, अच्छा मैम, अकॉर्डिंग टू यू जिम्मे तुसी क्या के रिफ्यूजल केसेस तुहाडे कोल बहुत आंदे ने, बहुत वीजा लगवाए भी ने, तुसी की रीजन मानते हो, जिम्मे हुणे सी बच्चा लादा, अच्छा सी छे तो उपर बैंड आ गए, साडे बहुत वधिया बैंड ने, साडा तां वीजा आना ही चाहिए। ओ तां कहंदे कि बस बैंड ते ही वीजा आंदा, फोन करनगे मैडम इन्ने बैंड है, तुहाडी क्वालिफिकेशन की है, तुहाडी परसेंटेज की है, केड़े ईयर च होई है, केड़े बोर्ड तो होई है, केड़े मेन सब्जेक्ट्स है,
ਇਹ ਸਾਰੀ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਫਿਰ ਅਸੀਂ ਵੀਜ਼ਾ ਦੀ ਗੱਲ ਕਰਦੇ ਹਾਂ। ਖਾਲੀ ਬੈਂਡ ਤੇ ਕਦੀ ਵੀ ਵੀਜ਼ਾ ਨਹੀਂ ਆਉਂਦਾ। ਬੈਂਡ ਲੈਣੇ ਹੋਣ ਤੁਸੀਂ ਮੇਰੇ ਕੋਲ ਇੰਸਟੀਚਿਊਟ ਚ ਆ ਜਾਓ। ਟੀਚਰ ਇੱਕ ਤੋਂ ਇੱਕ ਵਧੀਆ ਰੱਖਿਆ, ਇਨਫਰਾਸਟ੍ਰਕਚਰ ਇੱਕ ਤੋਂ ਇੱਕ ਵਧੀਆ ਰੱਖਿਆ ਹੋਇਆ। ਜਿਹੜਾ ਬੱਚਾ 5-5.5 ਲੈਣ ਵਾਲਾ ਨਹੀਂ ਹੈ ਬੈਂਡ, ਮੈਂ ਉਹਨਾਂ ਨੂੰ 6-6.5 ਮਿਨੀਮਮ ਦਵਾ ਕੇ ਰੱਖਾਂਗੀ, ਕਿਉਂਕਿ ਸਾਨੂੰ ਇੰਨਾ ਤਜੁਰਬਾ ਹੈ ਕਿ ਬੱਚੇ ਨੂੰ ਆਇਲਸ ਦੇ ਬੈਂਡ ਚ ਵੀ ਕਿੱਦਾਂ ਪ੍ਰੋਗਰੈਸ ਕਰਾਉਣੀ, ਕਿਉਂਕਿ ਆਇਲਸ ਇਜ਼ ਅ ਟੈਕਨੀਕਲ ਐਗਜ਼ਾਮ। ਬਿਲਕੁਲ ਬਿਲਕੁਲ ਮੈਮ, ਕਾਲ ਲੈਣੇ ਆਪਾਂ ਅਗਲੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਹਾਂਜੀ, ਤੁਹਾਡੀ ਆਵਾਜ਼ ਕੱਟ ਰਹੀ ਜੀ। ਹਾਂਜੀ ਦੱਸੋ, ਬੇਟੇ ਦਾ ਕੀ ਹੈ? ਵਿਦਆਊਟ ਆਇਲਸ ਯੂਕੇ ਭੇਜਣਾ ਚਾਹੁੰਦੇ ਹੋ, ਕੀ ਕੁਆਲੀਫਿਕੇਸ਼ਨ ਆ? ਥੋੜਾ ਜਿਹਾ ਰਣਜੀਤ ਜੀ ਤੁਸੀਂ ਉਹ ਚ ਆ ਜਾਓ, ਰੇਂਜ ਆ ਕੇ ਗੱਲ ਕਰੋ। ਹਾਂਜੀ, ਪਲੱਸ ਟੂ ਕੀਤੀ, ਕਿੰਨੇ ਪਰਸੈਂਟ ਮਾਰਕਸ? 79 ਵਿਦਆਊਟ ਆਇਲਸ ਯੂਕੇ ਭੇਜਣਾ ਚਾਹੁੰਦੇ ਹੋ, ਹੈਨਾ ਜੀ ਮੈਮ? ਇੰਗਲਿਸ਼ ਚ 79 ਹੈ। ਬੋਰਡ ਕਿਹੜਾ? ਕਿਹੜੇ ਬੋਰਡ ਚੋਂ? ਪੰਜਾਬ ਬੋਰਡ ਚੋਂ ਕੀਤੀ ਹੈ ਜਾਂ ਸੀਬੀਐਸਈ? ਪੰਜਾਬ ਬੋਰਡ। ਸੀਬੀਐਸਈ ਬੋਰਡ ਤੋਂ ਐਕਸੈਪਟ ਹੁੰਦੀ ਹੈ ਜਿਹੜੀ 70% ਹੈ। ਇਹਨਾਂ ਦੇ ਪੰਜਾਬ ਬੋਰਡ ਤੇ ਹੈ, ਤੇ ਇਹਨਾਂ ਦਾ ਕੀ ਕਰ ਸਕਦੇ ਅਸੀਂ? ਯੂਕੇ ਵੀ ਆਈ ਆਇਲਸ, ਮਤਲਬ ਸੇਮ ਆਇਲਸ ਹੁੰਦਾ, ਨਾਮ ਯੂਕੇ ਵੀ ਆਈ ਦਿੱਤਾ ਗਿਆ, ਕਿਉਂਕਿ ਉਹ ਜਿਹੜਾ ਇੱਕ ਥੋੜਾ ਜਿਹਾ ਸਿਕਿਓਰ ਸਿਸਟਮ ਹੈ, ਉਹਦੇ ਵਿੱਚ 4.5 ਬੈਂਡ ਤੋਂ ਵੀ ਆਇਲਸ ਕਰ ਲੈਣਗੇ, ਤੇ ਅਸੀਂ ਇਹਨਾਂ ਨੂੰ ਯੂਕੇ ਭੇਜ ਸਕਦੇ ਹਾਂ। ਓਕੇ ਓਕੇ, ਠੀਕ ਹੈ ਜੀ, ਕਿਉਂਕਿ ਉਹ ਬਹੁਤ ਈਜ਼ੀ ਹੈ। ਯੂਕੇ ਵੀ ਆਈ ਆਇਲਸ ਵੀ ਸੇਮ ਇੱਦਾਂ ਹੀ ਹੈ, 4.5 ਬੈਂਡ ਤੇ ਮੇਰੇ ਖਿਆਲ ਬੱਚੇ ਨੂੰ ਵੈਸੇ ਹੀ ਬਿਠਾ ਦੋ, ਵੈਸੇ ਹੀ ਆ ਜਾਣਗੇ। ਔਰ ਜਿਹੜੇ ਬੱਚੇ ਨੇ ਪਲੱਸ ਟੂ ਚੋਂ 79% ਵੀ ਇੰਗਲਿਸ਼ ਚੋਂ ਲਏ ਆ, ਤੇ ਲੈ ਸਕਦਾ 5-5.5 ਬੈਂਡ ਦਾ ਹੱਸ ਕੇ ਲੈ ਸਕਦਾ। ਸੋ ਟਰਾਈ ਕਰ ਲਓ ਤੁਸੀਂ। ਅੱਛਾ ਮੈਮ, ਨਾਲੇ ਸਭ ਇਹੀ ਕਹਿੰਦੇ ਨੇ ਕਿ 60% ਤੋਂ ਉੱਪਰ ਮਾਰਕਸ ਹੈਗੇ ਨੇ ਤਾਂ ਤੁਸੀਂ ਲਗਾ ਸਕਦੇ ਹੋ ਸੀਬੀਐਸਈ ਮੈਂ 70% ਮੰਗਦੇ ਆ ਮੈਕਸੀਮਮ, ਜਿਹਦੇ ਵਿੱਚ ਵੀ 2021 ਪਾਸ ਆਊਟ ਬੱਚਾ ਹੋਏ, ਹੈਨਾ, ਤੇ ਉਹਦਾ 1 ਸਾਲ ਤੋਂ ਜਿਆਦਾ ਗੈਪ ਨਾ ਹੋਏ ਜਾਂ 2 ਸਾਲ ਤੋਂ ਜਿਆਦਾ ਗੈਪ ਨਾ ਹੋਏ, ਫੇਰ ਹੁੰਦਾ। ਕੁਛ ਹੋਰ ਪ੍ਰੋਗਰਾਮ ਹੈ ਜਿਹਨਾਂ ਦੇ ਜਿੱਦਾਂ 4.5 ਬੈਂਡ ਬੱਚੇ ਦੇ ਵੈਸੇ ਹੀ ਆ ਜਾਂਦੇ ਆ, ਔਰ 3 ਈਅਰ ਦਾ ਗੈਪ ਹੈ, ਪਲੱਸ ਟੂ ਦੇ ਬਾਅਦ ਬੱਚੇ ਕੁਛ ਕਰ ਨਹੀਂ ਰਹੇ ਹੁੰਦੇ, ਉਹਨਾਂ ਦੇ ਵਾਸਤੇ ਸਾਡੇ ਕੋਲ ਕੈਨੇਡਾ ਦੇ ਵਿੱਚ ਬਹੁਤ ਅੱਛਾ ਇੰਟਰਨਸ਼ਿਪ ਪ੍ਰੋਗਰਾਮ ਹੈ, ਅਸੀਂ ਉਹ ਵੀ ਕਰ ਸਕਦੇ ਹਾਂ। ਓਕੇ, ਮਤਲਬ ਦੈਟਸ ਅ ਬਿਊਟੀਫੁਲ ਪ੍ਰੋਗਰਾਮ। ਏਦਾਂ ਹੀ ਮੇਰੇ ਕੋਲ GNM ਨਰਸਿੰਗ ਜਾਂ BSC ਨਰਸਿੰਗ ਵਾਲਿਆਂ ਦਾ PR ਜੋਬ ਮੈਂ ਹੁਣੇ ਵੀ ਦੱਸਿਆ ਸੀਗਾ, ਉਹ ਵੀ ਬਹੁਤ ਅੱਛਾ ਪ੍ਰੋਗਰਾਮ ਹੈ। ਉਹਦੇ ਵਿੱਚ GNM ਜਾਂ BSC ਦਾ ਬਾਅਦ 1 ਈਅਰ ਦਾ ਐਕਸਪੀਰੀਅੰਸ ਮਿਨੀਮਮ ਹੋਣਾ ਚਾਹੀਦਾ। ਕੈਨੇਡਾ ਦੇ ਵਾਸਤੇ IELTS 6 ਬੈਂਡ ਚਾਹੀਦੇ, ਪਹਿਲੇ ਅਸੀਂ 5.5 ਬੈਂਡ ਚ ਲੈ ਰਹੇ ਸੀਗੇ, ਹੁਣ ਉਧਰ ਜਿਹੜੇ ਇੰਪਲਾਇਰਸ ਉਹ 6 ਬੈਂਡ ਮੰਗ ਰਹੇ ਹੈ। UK ਦੇ ਵਿੱਚ ਸਾਨੂੰ 5 ਬੈਂਡ ਚ ਹੀ ਹੋ ਜਾਏਗਾ। ਓਕੇ ਓਕੇ, ਠੀਕ ਹੈ ਜੀ, ਬਿਲਕੁਲ ਜੀ। ਇਸੇ ਕਰਕੇ ਕਹਿੰਦੇ ਆ ਕਿ ਡਿਸਕਸ਼ਨ ਜ਼ਰੂਰੀ ਹੈਗੀ, ਭਾਵੇਂ ਤੁਹਾਡਾ ਪ੍ਰੋਫਾਈਲ ਵੀਕ ਹੈ ਤਾਂ ਵੀ ਡਿਸਕਸ ਜ਼ਰੂਰ ਕਰਿਆ ਕਰੋ, ਕੋਈ ਨਾ ਕੋਈ ਪ੍ਰੋਗਰਾਮ। ਪ੍ਰੀਤ, ਮੈਂ ਤੁਹਾਨੂੰ ਦੱਸਦੀ ਹਾਂ, ਪਹਿਲਾ ਸਟੈਪ ਬਾਹਰ ਜਾਣ ਦਾ ਜਿਹੜਾ, ਉਹ ਚਾਹੇ PR ਹੋਏ ਚਾਹੇ ਇੰਟਰਨਸ਼ਿਪ ਵੀਜ਼ਾ ਹੋਏ, ਇੰਟਰਨਸ਼ਿਪ ਵੀਜ਼ਾ ਚ ਕਈ ਜਗ੍ਹਾ ਨਹੀਂ ਚਾਹੀਦਾ ਸਾਨੂੰ IELTS, ਬਾਕੀ PR ਹੋਏ, ਸਟੱਡੀ ਵੀਜ਼ਾ ਹੋਏ, ਕੋਈ ਮਰਜ਼ੀ ਕੰਟਰੀ ਦਾ ਹੋਏ, ਯੂਰਪ ਨੂੰ ਛੱਡ ਕੇ ਸਾਰਿਆਂ ਦੇ ਵਿੱਚ ਸਟੂਡੈਂਟ ਨੂੰ IELTS ਚਾਹੀਦੀ ਆ। ਮੈਂ ਹੁਣ ਇੰਨੇ ਸਾਲ ਤੋਂ ਜਿਹੜਾ ਇਹ ਬਿਜ਼ਨਸ ਕਰ ਰਹੀ ਹਾਂ, ਕੰਸਲਟੈਂਸੀ ਕਰ ਰਹੀ ਹਾਂ, ਇਹਦੇ ਵਿੱਚ ਫਸਟ ਸਟੈਪ ਤਾਂ ਸਾਡਾ IELTS ਹੁੰਦਾ, ਤੇ IELTS ਦੇ ਵਿੱਚ ਅਸੀਂ ਜਿਹੜਾ ਸਟੂਡੈਂਟ ਨੂੰ ਅਸੀਂ ਸਭ ਤੋਂ ਪਹਿਲੇ IELTS ਦਾ ਬੇਸ ਬਣਾਉਣਾ। ਜਦੋਂ ਸਾਡੇ ਕੋਲ ਇਨਫੋਰਮੇਸ਼ਨ ਲੈਣ ਆਉਂਦਾ, ਫਾਈਨੈਂਸ਼ੀਅਲ ਕਿੰਨੇ ਸ਼ੋਅ ਕਰਨੇ ਆ, ਕਿੱਦਾਂ ਡਾਕੂਮੈਂਟ ਬਣਾਉਣੇ ਆ ਇਹਨਾਂ ਨੇ, ਉਸ ਟਾਈਮ ਸਟੂਡੈਂਟ IELTS ਸ਼ੁਰੂ ਕਰਦਾ। ਕਿਉਂਕਿ ਜੇ ਮੇਰੇ ਇੰਸਟੀਚਿਊਟ ਚ ਮੈਨੂੰ ਪਤਾ ਇਹ IELTS ਦੇ ਬੈਂਡ ਲਿਆਣੇ ਆ, ਤਾਂ ਇਹਦੀ ਫਾਈਲ ਲੱਗੇਗੀ ਜਦ ਤੱਕ ਉਹਦੀ ਡਾਕੂਮੈਂਟੇਸ਼ਨ ਤਿਆਰ ਹੋ ਰਹੀ ਹੈ, ਜਦ ਤੱਕ ਉਹ IELTS ਕਰ ਰਿਹਾ। ਦਿਨ ਰਾਤ ਅਸੀਂ IELTS ਤੇ ਮਿਹਨਤ ਕਰਾਂਗੇ, ਉਹ ਬੱਚੇ ਦੇ ਰਿਕੁਆਇਰ ਬੈਂਡ ਅਸੀਂ ਲਿਆ ਕੇ ਦਵਾਂਗੇ, ਠੀਕ ਹੈ। ਔਰ IELTS ਦੇ ਵਿੱਚ ਵੀ ਅਸੀਂ ਇੰਨੀ ਕੁ ਘੱਟ ਫੀਸ ਚ ਕਰਾ ਰਹੇ ਹਾਂ ਕਿ ਖਾਲੀ ਇੱਕ ਮਿਨੀਮਮ ਜਿਹਨੂੰ ਕਹਿੰਦੇ ਕਿ ਅਸੀਂ ਸਟੇਸ਼ਨਰੀ ਦਾ ਖਰਚਾ ਲੈ ਰਹੇ ਹਾਂ, ਔਰ ਕੁਛ ਨਹੀਂ ਲੈ ਰਹੇ। ਓਕੇ, ਹੈਲੋ ਹੈਲੋ, ਗੁੱਡ ਈਵਨਿੰਗ ਜੀ, ਕੌਣ ਗੱਲ ਕਰ ਰਹੇ ਹੋ? ਹਾਂਜੀ ਲਵਲੀਨ, ਕਿੱਥੋਂ ਗੱਲ ਕਰ ਰਹੇ ਹੋ, ਕੀ ਪੁੱਛਣਾ ਚਾਹੁੰਦੇ ਹੋ? ਪੁੱਛੋ ਜੀ, ਕੀ ਪ੍ਰੋਫਾਈਲ ਹੈ ਤੁਹਾਡਾ? ਓਕੇ, ਤੇ ਹੁਣ ਤੁਸੀਂ ਵਿਦਆਊਟ IELTS ਜਾਣਾ ਚਾਹੁੰਦੇ ਹੋ? ਇੰਗਲਿਸ਼ 85% ਨੇ, ਗ੍ਰੈਜੂਏਸ਼ਨ ਹੈ, ਪਲੱਸ ਟੂ ਇਹ ਜਾ ਸਕਦੇ, ਕਿਉਂਕਿ CBSE ਪਾਸ ਕੀਤੀ ਹੈ ਇਹਨਾਂ ਨੇ, CBSE ਬੋਰਡ ਤੋਂ ਕੀਤਾ, 85% ਹੈ ਇੰਗਲਿਸ਼ ਤੇ ਇਹ ਇਲੀਜੀਬਲ ਹੈ ਵਿਦਆਊਟ IELTS, ਕਿਉਂਕਿ 21 ਪਾਸ ਆਊਟ ਹੈ ਤੇ ਗੈਪ ਵੀ ਨਹੀਂ ਹੈ। ਓਕੇ, ਇਸ ਕਰਕੇ ਡਾਇਰੈਕਟਲੀ ਇਲੀਜੀਬਲ ਹੈ, ਕਿਉਂਕਿ UK ਦਾ ਇਹ ਹੈ ਕਿ ਗ੍ਰੈਜੂਏਸ਼ਨ ਕੀਤੀ ਹੈ ਤੇ ਲਾਸਟ 5 ਈਅਰਸ ਕੀਤੀ ਹੋਏ,
फिर वो MOI ते मीडियम ऑफ इंस्ट्रक्शन इंग्लिश ते एलिजिबल मीन्स IELTS की जरूरत नहीं है या CBSE बोर्ड तो 70% और गैप बना था 2 साल तो ज्यादा ना हो। ओके ओके अच्छा मैम स्टार्टिंग चो तुसी क्या सी कि न्यूजीलैंड दोबारा तो हम वीजा ओपन बिल्कुल जुलाई तो कर रहे हैं किदा के प्रोफाइल नु सजेस्ट करोगे किदा दे प्रोफाइल नु देखो न्यूजीलैंड ते जेड़ा प्लस टू बच्चे नु 5.5 ते भी लंदा है ते उना दा सब तो प्लस पॉइंट की है न्यूजीलैंड दा कि उना दे सारी फीसा कॉलेज दी 1 ईयर दी फीस जानी है 1 ईयर दे लिविंग एक्सपेंसिस ओ सारी वीजे दे बाहर जानी है पर जेड़ा स्टूडेंट नु प्रॉब्लम आंदी मैनेज नहीं करदे साडे स्टूडेंट जान दी काली विच हुंदे है जिद्दा हुण खुल रहा ओ फंड्स जेड़े है अपने 25 लाख रुपए अकाउंट च पा के रख लैन अच्छा। वो 6 महीने पुराने लेंदे है जब तक खुलेगा ऑफर लेटर आएगा सारा होएगा इन्हां दा फंड पुराने हो जाने है बाकी न्यूजीलैंड दा वीजा कंपैरेटिवली ईजी हुंदा बाकी कंट्रियां तो क्योंकि फीस फूस कुछ भी नहीं जानी है खाली उन्होंने 5-10 मिनट दे इंटरव्यू लेनी हुंदी है और ओदे विच उन्होंने वीजा दे ओके हैलो हैलो सत श्री अकाल जी कौन गल कर रहे हो हां जी मोहित दसो किथों गल कर रहे हो की पूछना चाहते हो मौका तो गल कर रहे हो दसो जी मोहित की पूछना चाहते हो ठीक है ठीक है कॉलेज सीगा केड़ी कंट्री केड़ा कॉलेज यूके की तरह मैंने ब्लूज ऑफ बेरी इंस्टीट्यूट लंदन ठीक है जी तुसी टीवी स्क्रीन ते आंसर सुन लो फिलहाल मैम समा घट गया अपने को बिल्कुल खत्म हो गया इशारा हो रहा है ते कोई गल नहीं जी मोहित तुहानू कॉल बैक आ जाएगा कॉल कर देंगे है ना प्रॉपर तरीके दे नाल तुहानू डिटेल च सारा कुछ समझा दिता जाएगा सो थैंक यू सो मच मैम थैंक यू सत श्री अकाल तुहानू भी सारिआं नू सत श्री अकाल थैंक यू सो मच सो जी कोशिश हुंदी है कि वध तों वध असीं कॉल्स लईए उहनां नूं उहनां दे जवाब भी दईए पर बाई चांस तुहाडीआं कॉल्स नहीं मिल पाईआं कोई गल नहीं तुसीं हुण शो तों बाद भी जां फिर सवेरे तुसीं ऑफिस टाइम ते कॉल कर सकदे हो कोई भी सवाल आ जिहड़ा ओह जरूर पुछ सकदे हो किंजावां परदेस साडे फेसबुक पेज ते भी तुसीं शो चलेगा नीचे कमेंट जरिए अपने सवाल रख दिया करो ताकि असीं अपने एक्सपर्ट अगे तुहाडे सवाल जिहड़े ओह रख सकीए सो थैंक यू सो मच मैम सो इस दे नाल मैनूं प्रीत नूं भी दे विचार सत श्री अकाल